ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਦਲਜਿੰਦਰ ਹੈ। ਅੱਜ ਦੀ ਤਰੀਕ ਹੈਗੀ ਜੀ ਅਗਸਤ 1, 2015। 1984 'ਚ ਮੈਂ ਮੈਰਿਜ ਹੋ ਕੇ ਆਪਣੇ ਸਸੁਰਾਲ 'ਚ ਸੀਗੀ, ਹਾਵੜਾ 'ਚ, ਅਤੇ ਉੱਥੇ ਰਹਿ ਰਹੇ ਸੀ ਜਦੋਂ ਦੰਗੇ ਹੋਏ। ਉਦੋਂ ਪਤਾ ਇਸ ਤਰ੍ਹਾਂ ਲੱਗਾ ਕਿ ਲੋਕਾਂ ਦਾ ਜਦੋਂ ਸ਼ੋਰ ਮੱਚ ਗਿਆ ਚਾਰੇ ਪਾਸੇ, ਜਦੋਂ ਸਿੱਖਾਂ ਨੂੰ ਘੇਰ ਘੇਰ ਕੇ ਉਹਨਾਂ ਨੂੰ ਤੰਗ ਕਰਨ ਲੱਗੇ, ਉਹਨਾਂ ਨੂੰ ਮਾਰਨ ਕੁੱਟਣ ਲੱਗੇ, ਤਾਂ ਪਤਾ ਲੱਗਿਆ ਕਿ ਉੱਥੇ ਇਸ ਤਰ੍ਹਾਂ ਹੋਇਆ। ਉਹਨਾਂ ਇੰਦਰਾ ਗਾਂਧੀ ਨੂੰ ਅਸੈਸੀਨੇਟ ਕਰ ਦਿੱਤਾ, ਅਤੇ ਉਹਦੇ ਪਿੱਛੇ ਉਹਨਾਂ ਦਾ ਗੁੱਸਾ ਵੱਧ ਗਿਆ। ਉਹਨਾਂ ਨੇ ਚੁਣ ਚੁਣ ਕੇ ਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਅਤੇ ਮੇਰੇ ਮਾਮਾ ਜੀ ਦਾ ਨਾਮ ਸੀਗਾ ਆਪਣਾ ਬਖਸ਼ੀਸ਼ ਸਿੰਘ, ਉਹਨਾਂ ਦਾ ਨਾਮ ਸੀਗਾ। ਉਸ ਵੇਲੇ ਤਾਂ ਵਿਚਾਰੇ ਦੁਨੀਆਂ 'ਚ ਨਹੀਂ ਸੀਗੇ, ਪਰ ਮਾਮੀ ਜੀ ਸੀਗੇ। ਉਹਨਾਂ ਨੇ ਘਰ 'ਚ ਵਿੱਚ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਛੋਟੀ ਫੈਕਟਰੀ ਵੀ ਸੀਗੀ। ਫੈਕਟਰੀ ਦੇ ਵਿੱਚ ਜਦੋਂ ਅਸੀਂ ਗਏ ਹਾਂ ਅਤੇ ਸਾਡੇ ਦੋ ਘਰਾਂ ਦਾ ਸਮਾਨ ਉੱਥੇ ਚਲੇ ਗਏ। ਜਦੋਂ ਉਹ ਰਹਿੰਦੇ ਸੀਗੇ ਵਜ਼ੀਰਪੁਰ ਏਰੀਆ ਦਿੱਲੀ ਦੇ ਵਿੱਚ ਰਹਿੰਦੇ ਸੀ। ਉੱਥੇ ਤਾਂ ਮੌਬ ਨੇ ਰੌਲਾ ਪਾਇਆ, ਚੁਣ ਚੁਣ ਕੇ ਪੰਜਾਬੀਆਂ ਦੇ ਘਰਾਂ 'ਚ ਜਾ ਰਹੇ ਸੀ। ਮੌਬ ਆਈ, ਮੌਬ ਦੀ ਐਡੀ ਵੱਡੀ ਬਿਗ ਇਟ ਇਜ਼ ਅ ਬਿਗ ਮੌਬ, ਅਤੇ ਉਹਦੇ ਪੂਰੀ ਮੌਬ ਨੇ ਅੰਦਰ ਜਾ ਵੜੇ। ਉਹਨਾਂ ਨੇ ਸਾਰੇ ਘਰ 'ਚ ਲੁੱਟ ਪੁੱਟ ਲਿਆ, ਸਾਰੇ ਬਿਸਤਰੇ, ਭਾਂਡੇ, ਗਹਿਣੇ, ਪੈਸੇ, ਰੁਪਏ, ਸਭ ਕੁਛ, ਇੱਕ ਇੱਕ ਚੀਜ਼ ਸੱਤਿਆਨਾਸ਼ ਮਾਰ, ਕੁਛ ਵੀ ਛੱਡਿਆ ਨਹੀਂ, ਸਭ ਕੁਛ ਲੈ ਕੇ ਚਲੇ ਗਏ। ਉਹ ਜਾਂਦੇ ਜਾਂਦੇ ਘਰ ਨੂੰ ਅੱਗ ਲਾ ਗਏ। ਹੁਣ ਕਹਿੰਦੇ ਮਾਮੀ ਜੀ ਨੇ ਬੜਾ ਹੌਸਲਾ ਜਿਹਾ ਦਿਖਾਇਆ। ਹੁਣ ਕਹਿੰਦੇ ਅੱਛਾ ਠੀਕ ਆ, ਹੁਣ ਤੁਸੀਂ ਸਭ ਕੁਛ ਕਰ ਲਿਆ, ਹੁਣ ਤਾਂ ਛੋੜ ਦਿਓ ਜਾਣ ਲੱਗ, ਹੁਣ ਤੁਸੀਂ ਬਖਸ਼ ਦਿਓ ਸਾਨੂੰ, ਜਾਓ ਤੁਸੀਂ ਇੱਥੋਂ ਦੀ, ਸਭ ਕੁਛ ਲੈ ਲਿਆ ਤੁਸੀਂ, ਕਰ ਲਿਆ, ਹੁਣ ਕੀ ਕਰਨਾ। ਜਾਣ ਲੱਗੇ ਉਹਨਾਂ ਨੇ ਪੂਰੇ ਘਰ ਨੂੰ ਅੱਗ ਲਾਤੀ। ਔਰ ਜਾਂਦੇ ਜਾਂਦੇ ਮਾਮੀ ਜੀ ਦਾ ਛੋਟਾ ਬੇਟਾ ਕੁਲਜੀਤ ਇਸ ਵੇਲੇ ਲੰਡਨ 'ਚ ਹੈਗਾ, ਉਹਦੇ ਸਿਰ 'ਚ ਇੰਨੀ ਜ਼ੋਰ ਦਾ ਸਰੀਆ ਮਾਰਿਆ, ਮੁੰਡਾ ਉੱਥੇ ਹੀ ਬੇਹੋਸ਼ ਹੋ ਗਿਆ। ਔਰ ਫਿਰ ਰੌਲਾ ਪਾਉਂਦੇ ਨਿਕਲ ਗਏ ਸਾਰੇ ਜਣੇ। ਫਿਰ ਉਹਨਾਂ ਨੇ ਜਿਹੜੀ ਹੈਗੇ ਆ ਰਿਲੀਫ ਕੈਂਪ 'ਚ ਉਹਨਾਂ ਨੇ ਸ਼ਰਨ ਲਈ, ਉੱਥੇ ਕਈ ਦਿਨ, 5-6 ਦਿਨ 7 ਦਿਨ ਉੱਥੇ ਰਹੇ। ਫਿਰ ਉਸ ਤੋਂ ਬਾਅਦ ਉਹਨਾਂ ਦਾ ਘਰ ਤਾਂ ਚੱਲ ਚੁੱਕਾ ਸੀ, ਕਿੱਥੇ ਵਾਪਸ ਆਉਂਦੇ। ਅਤੇ ਮਾਮੀ ਜੀ ਦਾ ਜਿਹੜਾ ਬੜਾ ਲੜਕਾ ਹੈ, ਉਹਦਾ ਇੱਕ ਦੋਸਤ ਸੀਗਾ ਰਾਜੇਸ਼ ਬੋਲ ਕੇ ਉਹਦਾ ਨਾਮ ਸੀ, ਮਾਡਲ ਟਾਊਨ 'ਚ, ਵੀ ਆਰ ਥੈਂਕਫੁਲ ਟੂ ਹਿਮ। ਉਹਨੇ ਵਿਚਾਰਾ ਦੇਖ ਲਓ ਬੀਂਗ ਹਿੰਦੂ ਕੁਛ, ਉਹਨੇ ਦੇਖ ਲਓ, ਉਹਨੇ ਇੰਨੀ ਪੁਰਾਣੀ ਦੋਸਤੀ ਸੀ, ਇੰਨਾ ਪਿਆਰ ਸੀਗਾ, ਅਤੇ ਉਹਨੇ ਸਾਰਾ ਮਾਮੀ ਜੀ ਉਹਨਾਂ ਨੂੰ ਆਪਣੀ ਕੋਲ ਲਿਜਾ, ਆਪਣੇ ਘਰ ਲਿਜਾ ਕੇ ਰੱਖਿਆ। ਪਰਸਨਲੀ ਅਸੀਂ ਹਾਵੜਾ 'ਚ ਸੀਗੇ ਉਸ ਟਾਈਮ 'ਚ, ਪਰ ਪਤਾ ਚੱਲਿਆ ਕਿ ਮੇਰੇ ਹਸਬੈਂਡ ਬਾਹਰ ਫਸ ਗਏ। ਉਹਨਾਂ ਨੇ ਉਹ ਜਿੱਦਾਂ ਹੀ ਉਦੋਂ ਬਾਹਰ ਉਹਨਾਂ ਨੇ ਸ਼ੋਰ ਸ਼ਰਾਬਾ ਸੁਣਿਆ, ਉਹਨਾਂ ਨੇ ਦੇਖਿਆ, ਉਹ ਫਟਾਫਟ ਸਾਹਮਣੇ ਦੀ ਮੌਬ ਆ ਰਹੀ ਸੀ, ਤਾਂ ਉਹਨਾਂ ਨੇ ਮੌਬ ਨੂੰ ਦੇਖਿਆ, ਅਤੇ ਉਹਨੂੰ ਦੇਖਿਆ ਕਿ ਇਹੀ ਹੈ ਪਕੜੋ ਇਨਕੋ, ਇਹੀ ਹੈ ਇਨਕੋ, ਛੋੜਨਾ ਨਹੀਂ ਇਨਕੋ। ਅਤੇ ਮੇਰੇ ਹਸਬੈਂਡ ਡਰ ਗਏ, ਅਤੇ ਉਹ ਲੁਕਦੇ ਛੁਪਦੇ ਗਲੀਆਂ 'ਚ ਲੁਕਦੇ ਛੁਪਦੇ, ਉਹਨਾਂ ਦੇ ਦੋਸਤ ਦੀ ਟਰਾਂਸਪੋਰਟ ਸੀਗੇ, ਟਰਾਂਸਪੋਰਟ ਕੰਪਨੀ 'ਚ, ਤੋਂ ਉੱਥੇ ਜਾ ਵੜੇ, ਉੱਥੇ ਜਾ ਕੇ ਉਹਨਾਂ ਨੇ ਉੱਥੇ ਸ਼ਰਨ ਲਈ ਆਪਣੇ ਆਪ ਨੂੰ ਬਚਾਇਆ। ਪਰ ਦੈਨ ਹੀ ਉਸ ਤੋਂ ਪਹਿਲਾਂ ਕਿ ਇਹ ਹੋਏ ਆਪ ਜਾਣ, ਉਹਨਾਂ ਨੂੰ ਮੇਰੇ ਜੇਠ ਦੇ ਲੜਕੇ ਸੁਦੀਪ ਨਾਮ ਸੀ ਉਹਨਾਂ ਦਾ, ਉਹਦਾ ਧਿਆਨ ਹੈ ਕਿ ਉਹ ਇਕੱਲਾ ਕਿੱਥੇ ਫਸ ਜਾਏਗਾ, ਉਹਦਾ ਬੱਚਾ ਹੈ, ਅਤੇ ਉਹਨੂੰ ਫਟਾਫਟ ਜਾ ਕੇ ਉਹਦੇ ਆਫਿਸ ਤੋਂ ਚੁੱਕਿਆ, ਉਹਨੂੰ ਲੈ ਕੇ ਦੋਨੋਂ ਬਸ ਸੰਭਾਓ ਉੱਥੇ ਉਹਨਾਂ ਦੀ ਦੋਸਤੀ ਟਰਾਂਸਪੋਰਟ 'ਚ ਪਹੁੰਚ ਗਏ, ਅਤੇ ਉੱਥੇ ਰਹਿ ਗਏ। ਅਤੇ ਪਰ 2 ਦਿਨ ਤੱਕ ਸਾਡੇ ਘਰ ਨਹੀਂ ਆਏ, ਅਤੇ ਸਾਨੂੰ ਫਿਕਰ ਹੋ ਗਿਆ ਕਿੱਥੇ ਕੀ ਕਰਤਾ ਕੀ ਨਹੀਂ ਕਰਤਾ। ਤੀਸਰੇ ਦਿਨ ਉਹਨਾਂ ਨੂੰ ਸਮਾਂ, ਉਹ ਤਾਂ ਪਤਾ, ਸਾਡੇ ਸਾਹਮਣੇ ਬੰਗਾਲੀ ਰਹਿੰਦੇ ਸੀ, ਬੰਗਾਲੀਆਂ ਦਾ ਬੰਗਾਲੀ ਮਹੱਲਾ ਸੀ, ਤਾਂ ਉਹਨਾਂ ਦਾ 2-3 ਦਿਨ ਉਹਨਾਂ ਨੂੰ ਫੋਨ ਨੰਬਰ ਹੀ ਯਾਦ ਨਹੀਂ ਆ ਰਿਹਾ ਸੀ। ਫਿਰ ਸੰਭਾਵ ਫੋਨ ਨੰਬਰ ਯਾਦ ਆਇਆ ਉਹਨਾਂ ਨੂੰ, ਅਤੇ ਉਹਨਾਂ ਨੂੰ ਦੱਸਿਆ ਉੱਥੇ ਸਾਡੇ ਨਾਲ। ਫਿਰ ਉਹਨਾਂ ਨੇ ਬੁਲਾ ਕੇ, ਬੰਗਾਲੀਆਂ ਨੇ ਸਾਨੂੰ ਮੈਸੇਜ ਦਿੱਤਾ ਵੀ ਫੋਨ ਆਇਆ, ਅਤੇ ਅਸੀਂ ਜਾ ਕੇ ਉਹਨਾਂ ਦੀ ਗੱਲ ਸੁਣੀ, ਤਾਂ ਉਹਨਾਂ ਨੇ ਕਿਹਾ ਮੈਂ ਇੱਥੇ ਆਪਣੇ ਦੋਸਤ ਦਾ ਨਾਮ ਲਿਆ, ਉਹਦਾ ਨਾਮ ਗੁਰਨਾਮ ਸੀਗਾ, ਗੁਰਨਾਮ ਦੀ ਟਰਾਂਸਪੋਰਟ 'ਚ ਹੈਗਾ ਮੈਂ, ਅਤੇ ਤੁਸੀਂ ਫਿਕਰ ਨਾ ਕਰ, ਅਸੀਂ ਇੱਥੇ ਹੈਗੇ। ਮੈਂ ਕਿਹਾ ਖਾਣਾ ਪੀਣਾ ਕਿਸ ਤਰ੍ਹਾਂ? ਕਹਿੰਦੇ ਸੰਭਾਵ ਅੰਦਰ ਹੀ ਅੰਦਰ ਸਾਨੂੰ ਨੌਕਰ ਸਾਡਾ ਲਿਆ ਕੇ ਦੇ ਰਿਹਾ, ਚੁੱਪ ਚੁੱਪੀ ਅਤੇ ਚੋਰੀ ਛੁਪਰੀ ਲਿਆ ਕੇ ਦੇ ਰਿਹਾ, ਬਾਹਰ ਅਸੀਂ ਬਿਲਕੁਲ ਨਹੀਂ ਨਿਕਲ ਪਾ ਰਹੇ, ਝਾਕ ਵੀ ਨਹੀਂ ਰਿਹਾ ਬਾਹਰ ਕੀ ਹੋ ਰਿਹਾ, ਬਾਹਰ ਬਹੁਤ ਰੌਲਾ ਪਿਆ ਹੋਇਆ ਸੜਕਾਂ 'ਤੇ। ਅਤੇ ਕਲਕੱਤੇ ਸਾਈਡ ਉਸ ਵੇਲੇ ਫਸ ਗਏ ਸੀ, ਕੰਮ ਕਲਕੱਤੇ ਜਾਂਦੇ ਸੀ, ਉੱਥੇ ਫਸ ਗਏ ਸੀ। ਅਤੇ ਉਦੋਂ ਇੱਕ ਹਫ਼ਤਾ ਪਹਿਲਾਂ ਦੀਵਾਲੀ ਹੋਈ ਸੀ, ਦੀਵਾਲੀ ਦੇ ਟਾਈਮ ਮੇਰੇ ਬੱਚੇ, ਪਤਾ ਨਹੀਂ ਉਹਨਾਂ ਨੂੰ ਸਲਫਰ ਦੀ ਕੋਈ ਗੈਸ ਨਾ ਕੁਛ ਹੋ ਗਿਆ ਜਾਂ ਕੀ ਹੋ ਗਿਆ, ਦੋਨੋਂ ਬੱਚੇ ਬਹੁਤ ਸਿੱਕ ਹੋ ਗਏ, ਦੋਨਾਂ ਨੂੰ ਸੀਵੀਅਰ ਜੌਂਡਿਸ ਹੋ ਗਿਆ, ਬਿਮਾਰ ਸੀ ਬਹੁਤ, ਬਿਮਾਰ ਹੋਣ ਕਰਕੇ ਬੱਚੇ ਨੀ ਹਾਲਤ ਇੰਨੀ ਖਰਾਬ ਸੀਗੀ ਕਿ ਬੱਚਿਆਂ ਨੂੰ ਪਾਣੀ ਤੱਕ ਨਹੀਂ ਹਜ਼ਮ ਹੋ ਰਿਹਾ ਸੀਗਾ, ਔਰ ਸੀਵੀਅਰਲੀ ਬਿਮਾਰ। ਮੇਰੇ ਹਸਬੈਂਡ ਬਾਹਰ ਫਸ ਗਏ, ਇੱਧਰ ਬੱਚੇ ਬਿਮਾਰ, ਇੱਥੇ ਮੈਂ ਡਾਕਟਰ ਕੋਲ ਨਹੀਂ ਜਾ ਪਾ ਰਹੀ। ਸਮਾਂ ਉਹ ਦੋ ਤਿੰਨ ਦਿਨ ਬਾਅਦ ਫਿਰ ਅਸੀਂ ਮੁਹੱਲੇ ਦੇ ਕੋਈ ਬੰਗਾਲੀ ਮੁੰਡਾ ਸਾਹਮਣੇ ਆਇਆ, ਬਹੁਤ, ਕਿਉਂਕਿ ਸਾਡੀ ਮੁਹੱਲੇ 'ਚ ਰਿਸਪੈਕਟ ਬਹੁਤ ਸੀਗੀ, ਇਸ ਕਰਕੇ ਸਾਡੇ ਲੋਕਾਂ ਨੇ ਉੱਧਰ ਆਉਣ ਨਹੀਂ ਦਿੱਤਾ, ਜਿਹੜੀ ਮੌਬ ਆਈ ਉਹਨਾਂ ਨੇ। ਅਤੇ
ਮਹੱਲੇ ਦੇ ਜਿਹੜੇ ਰਿਸਪੈਕਟੇਬਲ ਬੰਦਿਆਂ ਨੇ ਸੀਗੇ, ਉਹਨਾਂ ਨੇ ਕਿਹਾ ਕਿ ਖਬਰਦਾਰ ਤੁਸੀਂ ਇਹਨਾਂ ਵੱਲ ਅੱਖ ਵੀ ਚੁੱਕੇ ਦੇਖੀ ਤੇ। ਪਰ ਸਾਨੂੰ ਅਸੀਂ ਉਸ ਤਰ੍ਹਾਂ ਸੇਫ ਸੀ, ਲੇਕਿਨ ਅਸੀਂ ਗਲੀਆਂ 'ਚ ਕਿਤੇ ਨਿਕਲ ਨਹੀਂ ਪਾ ਰਹੇ ਸੀ, ਸਬਜ਼ੀ ਬਾਜ਼ਾਰ ਨਹੀਂ ਜਾ ਰਹੇ ਸੀ, ਲਿਆ ਕੇ ਆ ਪਾ ਰਹੇ ਸੀ, ਦੁੱਧ ਨਹੀਂ ਆ ਰਿਹਾ ਸੀ ਘਰ 'ਚ, ਬੱਚੇ ਬਿਮਾਰ। ਉੱਥੇ ਟੀ ਵੀ 'ਚ ਦਿਖਾ ਰਹੇ ਨਾ ਅੱਗਾਂ ਲਾਈਆਂ ਪਈਆਂ ਘਰ, ਬੰਦਿਆਂ ਨੇ ਚੁੱਕ ਚੁੱਕੇ ਸਾੜ ਰਹੇ, ਉਹਨਾਂ ਨੇ ਉੱਥੇ ਦੇਖਿਆ। ਅਤੇ ਇੱਥੇ ਅਮੈਰੀਕਾ 'ਚ ਮੇਰੀ ਮੇਰੇ ਬੀਜੀ ਦਾ ਰੋ ਰੋ ਕੇ ਬੁਰਾ ਹਾਲ ਸੀਗਾ ਕਿ ਮੇਰੀ ਬੇਟੀ ਦਾ ਕੀ ਹਾਲ ਹੋਏਗਾ, ਕਿਉਂਕਿ ਮੈਂ ਤਾਂ ਘਰ 'ਚ ਸਭ ਤੋਂ ਵੱਡੀ ਹਾਂ, ਬਾਕੀ ਛੋਟੇ ਭੈਣ ਭਰਾ ਸਭ ਆ ਗਏ ਸੀਗੇ ਇੱਥੇ, ਮੈਂ ਬਾਅਦ 'ਚ ਆਈ ਹਾਂ। ਠੀਕ ਹੈ ਨਾ, ਉਹਨਾਂ ਨੂੰ ਇੱਕਦਮ ਕਸ਼ਾਂ ਹੀ ਪੈ ਗਈਆਂ ਸੀਗੀਆਂ, ਇੱਕਦਮ ਬਿਲਕੁਲ ਬੇਹੋਸ਼ ਹੋ ਗਏ, ਅਨਕੋਨਸ਼ੀਅਸ ਹੋ ਗਏ ਸੀਗੇ। ਅਤੇ ਉਹਨਾਂ ਨੂੰ ਬੜਾ ਮੁਸ਼ਕਿਲ ਨਾਲ ਸਮਝਾਇਆ, ਉਹਨਾਂ ਕੋਲ ਕੋਂਟੈਕਟ ਕਰਨ ਦੀ ਕੋਸ਼ਿਸ਼ ਕੀਤੀ ਇੱਥੇ। ਅਤੇ ਬਸ ਇਸ ਤਰ੍ਹਾਂ ਸਿਚੁਏਸ਼ਨ, ਮਾਵਾਂ ਦਾ ਦਿਲ ਹੈ ਨਾ, ਮਾਵਾਂ ਬੱਚਿਆਂ ਨੂੰ ਕਿਸ ਤਰ੍ਹਾਂ ਉਹ ਕੋਈ ਤਕਲੀਫ ਆਉਂਦੀ ਬੱਚਿਆਂ ਨੂੰ, ਅਤੇ ਮਾਵਾਂ ਤਾਂ ਇਹੋ ਹੀ ਜਾਂਦਾ ਹੈ ਕਿ ਨਹੀਂ, ਮਾਵਾਂ ਦਾ ਦਿਲ ਪਹਿਲਾਂ ਡੋਲਦਾ ਹੈਗਾ। ਬਾਕੀ ਮੇਰੇ ਭਰਾ ਭੈਣ ਸਭ ਭੈਣ ਭਰਾ ਮੇਰੇ ਸਾਰੇ ਬਹੁਤ ਫਿਕਰਮੰਦ ਸੀਗੇ, ਉਹਨਾਂ ਸਾਰਿਆਂ ਨੂੰ ਫਿਕਰ ਹੋਈ, ਦਿਨੇ ਰਾਤੀ ਵਿਚਾਰਿਆਂ ਦੀ ਨੀਂਦ ਹਰਾਮ ਹੋਈ ਹੋਈ ਸੀ ਇੱਥੇ ਕਿ ਉੱਥੇ ਭੈਣ ਦੀਦੀ ਦਾ ਕੀ ਹਾਲ ਹੈ, ਦੀਦੀ ਦਾ ਕੀ ਹਾਲ ਹੈ। ਫਿਰ ਮੈਂ ਜਦੋਂ ਸਕੂਲ ਗਈ ਹਾਂ ਨਾ, ਸਕੂਲ ਵਾਲਿਆਂ ਨੇ ਮੈਨੂੰ ਸਕੂਲ ਦੀਆਂ ਪੌੜੀਆਂ ਨਹੀਂ ਚੜ੍ਹਨ ਦਿੱਤਾ, ਕਿਉਂਕਿ ਮੈਂ ਪੰਜਾਬੀ ਸੀ, ਕਿਉਂਕਿ ਇੰਦਰਾ ਗਾਂਧੀ ਨੇ ਕਿਸੇ ਪੰਜਾਬੀ ਨੇ ਮਾਰਿਆ ਸੀ, ਇਸ ਕਰਕੇ ਮੇਰੇ ਨਾਲ ਸਦਕੇ ਲੈ ਮੈਨੂੰ ਉਹਨਾਂ ਨੇ ਪੌੜੀਆਂ ਨਹੀਂ ਚੜ੍ਹਨ ਦਿੱਤਾ, ਮੈਨੂੰ ਮੇਰੀ ਜੋਬ ਉਹਨਾਂ ਨੇ ਉਸੇ ਵੇਲੇ ਖਤਮ ਕਰਤੀ, ਪ੍ਰਾਈਵੇਟ ਸਕੂਲ ਸੀਗਾ, ਮੈਨੂੰ ਪੌੜੀਆਂ 'ਚ ਨਹੀਂ ਚੜ੍ਹਨ ਦਿੱਤਾ। ਉੱਥੇ ਉੱਥੇ ਚਪੜਾਸੀ ਨੂੰ ਇਹ ਕਹਿਤਾ ਸੀ ਕਿ ਮਿਸਿਸ ਸਿੰਘ ਆਏਗੀ ਅਤੇ ਉਹਨੂੰ ਪੌੜੀਆਂ ਨਹੀਂ ਚੜ੍ਹਨ ਦੇਣਾ, ਕਹਿੰਦੇ ਆਪ ਅੰਦਰ ਨਹੀਂ ਜਾ ਸਕਦੇ, ਅੱਧਾ ਹੱਥ ਰੱਖ ਕੇ ਖੜ੍ਹੇ ਹੋ ਗਏ। ਅਤੇ ਮੈਂ ਉੱਥੇ ਆਵਾਜ਼ ਮਾਰ ਕੇ ਪ੍ਰਿੰਸੀਪਲ ਨੂੰ ਥੱਲੇ ਬੁਲਾਇਆ ਅਤੇ ਉਹ ਕਹਿੰਦੇ ਨਹੀਂ ਆਪ ਨਹੀਂ ਆ ਸਕਦੇ, ਆਪ ਯਹਾਂ ਕੰਮ ਨਹੀਂ ਕਰ ਸਕਤੀ, ਆਪ ਉੱਪਰ ਸੀੜੀਆਂ ਹੀ ਨਹੀਂ ਚੜ੍ਹ ਸਕਤੀ। ਲਓ ਜੀ ਮੇਰੀ ਇਸ ਤਰ੍ਹਾਂ ਮੇਰੀ ਇਹੋ ਜਿਹੀ ਹਾਲਾਤਾਂ 'ਚ ਮੇਰੀ ਜੋਬ ਵੀ ਗਈ, ਬੱਚੇ ਬਿਮਾਰ, ਜਿਹਨੇ ਯੂ ਕੈਨ ਇਮੈਜਿਨ ਕੀ ਹੋਇਆ ਹੋ, ਵਾਟ ਆਈ ਵਾਜ਼ ਗੋਇੰਗ ਥਰੂ। ਅਤੇ ਪਰਮਾਤਮਾ ਰੱਖਣ ਵਾਲਾ ਸਾਨੂੰ, ਚਲੋ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਸਾਡੇ ਪੇਰੈਂਟਸ ਸਾਰੇ ਇੱਥੇ ਆ ਗਏ ਸੀਗੇ, ਨਹੀਂ ਤਾਂ ਉਹਨਾਂ ਨਾਲ ਵੀ ਪਤਾ ਨਹੀਂ ਕੀ ਹਾਲ ਕਰਦੇ ਉਹਨਾਂ ਦਾ ਵੀ, ਹੈ ਨਾ, ਹੈ ਨਾ। ਹੇਟ ਕ੍ਰਾਈਮ ਤੋਂ ਬਚੋ, ਹੇਟ ਕ੍ਰਾਈਮ ਨਾਲ ਹੱਥ ਕਿਸੇ ਦੇ ਕੁਛ ਵੀ ਨਹੀਂ ਲੱਗਣਾ, ਜਾਨਾਂ ਫਾਲਤੂ ਚਲੀਆਂ ਜਾਂਦੀਆਂ, ਲੋਕ ਮਰ ਜਾਂਦੇ ਆ, ਫਿਰ ਵੀ ਹੇਟ ਖਤਮ ਨਹੀਂ ਹੁੰਦਾ। ਹਾਂ ਇਹ ਵੀ ਹੈ ਕਿ ਜਦੋਂ ਤੁਹਾਡੇ 'ਤੇ ਕੋਈ ਆ ਜਾਏ, ਤੁਹਾਡੇ 'ਤੇ ਪ੍ਰੋਬਲਮ ਆ ਜਾਏ, ਤਾਂ ਚੁੱਪਚਾਪ ਮਾਰ ਨਹੀਂ ਖਾਣੀ ਹੈ, ਯੂ ਹੈਵ ਟੂ ਫੇਸ ਇਟ, ਚਾਹੇ ਡਟ ਕੇ ਮੁਕਾਬਲਾ ਕਰੋ। ਹਾਂ ਪਰ ਆਪਣੇ ਵੱਲੋਂ ਕਿਸੇ ਦਾ ਬੁਰਾ ਨਾ ਮੰਗੋ, ਕਿਉਂਕਿ ਅਸੀਂ ਸਿੱਖ ਹੈਗੇ ਹਾਂ, ਅਸੀਂ ਸਾਡੇ ਗੁਰੂ ਸਾਹਿਬ ਦਾ ਹੀ ਸੰਦੇਸ਼ ਹੈ, ਕਿਸੇ ਨੂੰ ਵੀ ਨਫ਼ਰਤ ਨਹੀਂ ਕਰਨੀ, ਕਿਸੇ ਦੀ ਨਿੰਦਾ ਨਹੀਂ ਕਰਨੀ, ਕਿਸੇ ਦਾ ਉਹ ਨਹੀਂ ਕਰਨਾ। ਲੇਕਿਨ ਹਾਂ ਜਦੋਂ ਆਪਣੇ 'ਤੇ ਆ ਜਾਏ ਕੋਈ, ਤੁਹਾਨੂੰ ਆਤਮ ਰੱਖਿਆ ਜ਼ਰੂਰ ਕਰਨੀ ਹੈ।